ਪਹਿਲਾਂ ਲੜਕੀ ਵੱਲੋਂ ਇਸ ਜਗ੍ਹਾ ਤੇ ਵਿਆਹ ਹੋਇਆ ਉਸ ਲੜਕੀ ਵੱਲੋਂ ਕੁਝ ਹੋਰ ਵੀ ਗੱਲ ਆ ਰਹੀ ਹੈ ਕਿ ਤੁਹਾਡਾ ਪਹਿਲਾਂ ਵੀ ਕੋਈ ਵਿਆਹ ਹੋਇਆ ਸੀ? ਪਹਿਲਾਂ ਵਿਆਹ ਹੋਇਆ ਜਾਂ ਪਹਿਲੇ? ਪਹਿਲੀ ਵਾਰੀ ਹੋਇਆ ਇਹ ਮੁਝੇ ਪਸੰਦ ਨਹੀਂ ਕੇ ਲਈ ਮੁਝੇ ਫਰੋਡ ਇਲਜ਼ਾਮ ਲਗਾਏ ਜਾ ਰਹੇ ਝੂਠੇ। ਅਗਰ ਪਹਿਲੇ ਵੀ ਹੋਇਆ ਤਾਂ ਮੁਝੇ ਲਾ ਕੇ ਦਿਆ ਜਾਏ, ਸਬੂਤ ਦਿਖਾਇਆ ਜਾਏ ਸੀ, ਮੁਝੇ ਫਸਾਨੇ ਕੇ ਲਈ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ। ਅੱਛਾ ਲੇਖੋ ਜੀ, ਜੋ ਸਾਨੂੰ ਪਤਾ ਲੱਗਾ ਸੀ ਪ੍ਰੂਫ ਇਕੱਠੇ ਕੀਤੇ ਆ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ, ਜਿਹੜੇ ਲੜਕੇ ਲੋ ਆਏ ਸੀ ਅਸੀਂ ਉਹਨਾਂ ਦੀ ਵੀ ਬਾਈਟ ਸੁਣੀ ਸੀ। ਉਹਨਾਂ ਨੇ ਕਿਹਾ ਵੀ ਲੜਕੀ ਝੂਠ ਬੋਲਦੀ ਹੈ, ਮੇਰਾ ਪਿਓ ਨਹੀਂ ਹੈਗਾ। ਕੋਈ ਬੱਚੀ ਝੂਠ ਨਹੀਂ ਬੋਲਦੀ, ਉਹ ਸਰਟੀਫਿਕੇਟ ਲੈ ਕੇ ਆਈ ਵੀ ਉਹਦੇ ਪਿਓ ਦੀ ਡੈਥ ਹੋਈ ਹੈ, ਇਹ ਸਰਟੀਫਿਕੇਟ ਹੈਗਾ। ਪਹਿਲਾਂ ਹੀ ਉਹਨਾਂ ਦੇ ਸਵਾਲਾਂ ਜਵਾਬ ਦੇਣਾ ਚਾਹੁੰਦੇ ਹਾਂ। ਜਿਹੜੇ ਮੌਕਲ ਮਹਿਮਾਨ ਪ੍ਰੈਸ ਦੇ ਸਾਹਮਣੇ ਆਏ ਕਹਿੰਦੇ ਸੀ ਵੀ ਲੜਕੀ ਦਾ ਪਿਓ ਜਿੰਦਾ ਹੈਗਾ, ਲੜਕੀ ਝੂਠੀ ਹੈਗੀ ਹੈ, ਲੜਕੀ ਦੇ ਪਿਓ ਦੀ ਡੈਥ ਹੋ ਚੁੱਕੀ ਹੈ, ਸਾਰਾ ਵੈਰੀਫਾਈ ਕੀਤਾ ਸੀ ਜੱਜ ਦਾ ਮੇਮ ਨੇ। ਇਹ ਪ੍ਰੂਫ ਹੈ, ਇਹ ਪ੍ਰੂਫ ਹੈ, ਮੈਥਿਊ ਸਰਟੀਫਿਕੇਟ ਹੈ ਜਿਸ ਮੇ ਬੋਲਾ ਜਾ ਰਹਾ ਹੈ ਉਹ ਪ੍ਰੈਸ ਕਾਨਫਰੰਸ ਮੇ ਕਿ ਮੇਰੇ ਫਾਦਰ ਹੈ ਔਰ ਮੈਂ ਝੂਠ ਬੋਲਤੀ ਹੂੰ, ਮੇਰੇ ਫਾਦਰ ਜਿੰਦਾ ਹੈ। ਇਹ ਦੇਖੀਏ ਸਰ ਕਿਤਨੇ ਮੇਰੇ ਫਾਦਰ ਕੋ 12-15 ਸਾਲ ਹੋ ਚੁੱਕੇ ਡੈਥ ਹੋਏ ਔਰ ਮੁਝ ਪੇ ਇਹ ਵੀ ਫੇਕ ਇਲਜ਼ਾਮ ਲਗਾਏ ਜਾ ਰਹੇ। ਜਿਹੜੇ ਸੱਜਣ ਨੇ ਇਲਜ਼ਾਮ ਲਾਇਆ ਵੀ ਇਹਦਾ ਪਹਿਲਾਂ ਵੀ ਜਬਰ ਜਨਾਹ ਹੋਇਆ ਹੈ, ਕੀ ਜਿਹੜੀ ਔਰਤ ਦਾ ਪਹਿਲਾਂ ਜਬਰ ਜਨਾਹ ਹੋਇਆ ਹੋਵੇ ਉਹਨੂੰ ਫਿਰ ਖੁੱਲਾ ਛੱਡ ਦੇਣਾ ਚਾਹੀਦਾ? ਜਿਹੜਾ ਮਰਜ਼ੀ ਆਏ ਉਹਦੇ ਨਾਲ ਜਬਰ ਜਨਾਹ ਕਰ ਲੇ, ਕੀ ਉਹਨੂੰ ਖੁੱਲਾ ਛੱਡ ਦਈਏ ਉਸ ਲੜਕੀ ਨੂੰ ਜਿਹੜਾ ਆਵੇ ਉਹਦੇ ਨਾਲ ਜਬਰ ਜਨਾਹ ਕਰ ਲੇ? ਕਾਨੂੰਨ ਕੀ ਕਹਿੰਦਾ? ਜੇ ਕਿਸੇ ਲੜਕੀ ਨਾਲ ਇੱਕ ਵਾਰੀ ਗੁਨਾਹ ਹੋਇਆ, ਜੇ ਦੁਬਾਰਾ ਹੋਇਆ ਤਾਂ ਦੂਜਾ ਵੀ ਦੋਸ਼ੀ ਹੈ। ਜਿਹੜਾ ਪੰਜਾਬ ਵਿੱਚ ਜਿਹਨੇ ਗੁਨਾਹ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਝੂਠਾ ਸਾਰਾ ਲੈ ਗਏ, ਨਕਲੀ ਵਿਆਹ ਕੀਤਾ, ਜਿਹੜੇ ਬੰਦੇ ਨੇ ਉਹਦੇ ਲੋਕ ਤਰਫਦਾਰੀ ਕਰ ਰਹੇ ਆ, ਲੱਖ ਲਾਹਣਤ ਇਹੋ ਜਿਹੇ ਪੰਜਾਬੀਆਂ ਦੇ ਜਿਹੜੇ ਅੱਜ ਇਸ ਔਰਤ ਦੇ ਦਰਦ ਨੂੰ ਸਮਝ ਰਹੇ, ਅੱਜ ਸਮਾਜ ਕਿਹੜੇ ਪਾਸੇ ਜਾ ਰਿਹਾ ਹੈ? ਜੇ ਤੇ ਸੱਚਾਈ ਹੈ ਤੇ ਬਿਲਕੁਲ ਅੰਮ੍ਰਿਤਸਰ ਦੀ ਛਵੀ ਕਿਤੇ ਨਾ ਕਿਤੇ ਖਰਾਬ ਕਰਦੇ ਇਸ ਤਰ੍ਹਾਂ ਦੇ ਅੰਦਰ। ਜੇਕਰ ਨਕਲੀ ਕਿਸ ਤਰ੍ਹਾਂ ਕਹਿ ਸਕਦੇ, ਇਹਦਾ ਕੀ ਪ੍ਰੂਫ ਹੈਗਾ ਕੋਈ? ਵੇਖੋ ਜੀ, ਨਕਲੀ ਇੱਦਾਂ ਕਿ ਗੁਰੂ ਘਰ ਕੋਈ ਵੀ ਆ ਰਜਿਸਟਰ ਜਿਹੜੀ ਆ ਕਮੇਟੀ ਕਰਾਈ ਜਾਂਦੀ ਆ, ਜਿਹੜਾ ਰਜਿਸਟਰ ਵੱਲੋਂ ਕੋਈ ਕਰਕੇ ਦਿੰਦਾ ਉਹਨੂੰ ਡਰ ਹੁੰਦਾ ਕਿ ਭਲਕੇ ਮੇਰੇ ਤੇ ਕਾਨੂੰਨੀ ਕਾਰਵਾਈ ਹੋ ਜਾਣੀ ਆ। ਹੁਣ ਇਸ ਬੰਦੇ ਦਾ ਕੋਈ ਫੋਨ ਨੰਬਰ ਨਹੀਂ ਇਹਦੇ ਤੇ ਜਿਹੜਾ ਦਿੱਤਾ ਗਿਆ ਵਾ, ਕੋਈ ਫੋਨ ਨੰਬਰ ਨਹੀਂ ਹੈਗਾ। ਪਿੱਛੇ ਕਰੋ ਮਹਾਰਾਜ ਜੀ, ਇਹ ਤੇ ਕੋਈ ਵੇਖੋ ਨਾ, ਲੜਕੀ ਦੇ ਮਾਂ ਪਿਓ ਦੇ ਸਹਿਣ ਹੈਗੇ ਆ ਜੀ, ਜਿਹੜੀ ਕੋਰਟ ਮੈਰਿਜ ਹੁੰਦੀ ਆ ਉਹਦੇ, ਇਹ ਆ ਕਿ ਮਾਂ ਪਿਓ ਦੇ ਜਾਂ ਭਰਾ ਦੇ ਸਹਿਣ ਹੋਣੇ ਜਾਂ ਮਾਮਿਆਂ ਦੇ ਜਾਂ ਚਾਚਿਆਂ ਤਾਇਆਂ ਦੇ, ਇੱਥੇ ਜਿਹੜੇ ਆ ਕਿ ਕੋਈ ਵੀ ਕਿਸੇ ਦੇ ਸਹਿਣ ਨਹੀਂ ਹੈਗੇ। ਅੱਛਾ, ਇਸ ਕਰਕੇ ਇਹ ਪਤਾ ਲੱਗ ਗਿਆ। ਹਾਂ, ਫਿਰ ਕਾਰਵਾਈ ਦੀ ਮੰਗ ਕਰਦੇ ਆ, ਅਸੀਂ ਮੰਗ ਇਹ ਕਰਦੇ ਆ ਕਿ ਜਿਹੜੇ ਇਦਾਂ ਦੇ ਲੋਕ ਸ਼ਹਿਰਾਂ 'ਚ ਬੈਠੇ ਨੇ ਇਹਨਾਂ ਦੇ ਉੱਤੇ ਸਿਕੰਜਾ ਕਿੱਥੋਂ ਕੱਸਿਆ ਜਾਣਾ ਵਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਬੇਨਤੀ ਕੀਤੀ ਆ ਤੇ ਨਾਂ ਤੇ ਨੇਪਾਲ ਤੋਂ ਆਏ ਜੀ, ਇਹ ਲੈ ਕੇ ਇਹ ਆਏ ਆ ਸ਼੍ਰੋਮਣੀ ਕਮੇਟੀ ਵੱਲੋਂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਪਾਈ ਅੱਗੇ ਪ੍ਰਾਈਵੇਟ ਪ੍ਰੈਸਾਂ ਕਰਦੀ ਸੀ, ਪਰ ਹੁਣ ਇਸ ਵੇਲੇ ਇਕੱਲੀ ਸ਼੍ਰੋਮਣੀ ਕਮੇਟੀ ਕਰ ਰਹੀ ਆ। ਜਿਹੜੇ ਇਹ ਮੇਨ ਦੋਸ਼ੀ ਇਹ ਲੋਕ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾੜੀ ਕੋਰਟ ਆਨੰਦ ਕਾਰਜ ਨਾ ਕੀਤੇ ਜਾਂ ਸਰਟੀਫਿਕੇਟ ਨਾ ਦਿੱਤਾ ਜਾਵੇ ਤੇ ਸਮਝ ਲਓ ਕੀ ਹੋਵੇਗਾ ਕਿ ਉਹਦੇ ਆਨੰਦ ਕਾਰਜ ਨਹੀਂ ਹੋਣਗੇ। ਫਿਰ ਅਸੀਂ ਉਹ ਲੜਕੀ ਨੂੰ ਪੁੱਛਦੇ ਹਾਂ, ਪੁੱਤ ਚਾਰ ਲਾਵਾਂ ਕਰਾਈਆਂ ਸੀ? ਚਾਰ ਲਾਵਾਂ ਕਰਾਈਆਂ ਸੀ? ਜਦੋਂ ਚਾਰ ਲਾਵਾਂ ਕਰਾਈਆਂ ਜਾਂਦੀਆਂ ਵਾ। ਕੀ ਨਾਮ ਜੀ ਆਪਣਾ? ਮੇਰਾ ਹਰਪਿੰਦਰ ਕੌਰ। ਹਾਂਜੀ, ਮੇਰਾ ਦੋ ਨੰਬਰ 'ਚ ਇਹਨੇ ਮੇਰੀ ਬੇਟੀ ਦਾ ਵਿਆਹ ਕੀਤਾ। ਹਾਂ, ਸਰਟੀਫਿਕੇਟ ਡੁਪਲੀਕੇਟ ਕੱਟ ਕੇ ਦਿੱਤਾ, ਪੈਸੇ ਲੈ ਕੇ ਉਹਦਾ ਵਿਆਹ ਕਰ ਦਿੱਤਾ। ਹਾਂ, ਮਹੀਨਾ ਹੋ ਗਿਆ ਕੁੜੀ ਘਰੋਂ ਗਏ ਪਿਆ।
3 ਫਰਵਰੀ ਨੂੰ ਕੀਤਾ। ਸਾਨੂੰ ਥੋੜਾ ਥੋੜਾ ਥਾਣੇ ਚ ਮਿਲਦਾ ਪ੍ਰੂਫ ਮਿਲਦਾ ਗਿਆ ਕਿ ਉੱਥੇ ਤੁਹਾਡੀ ਬੇਟੀ ਦਾ ਵਿਆਹ ਹੋ ਚੁੱਕਾ। ਹਾਂਜੀ, ਸਾਨੂੰ ਥਾਣੇ ਵਾਲਿਆਂ ਸਰਟੀਫਿਕੇਟ ਖੜ ਕੇ ਦਿੱਤਾ ਕਿ ਇੱਥੋਂ ਹੋਇਆ। ਹਾਂਜੀ, ਇਹਨਾਂ ਨੂੰ ਅਸੀਂ ਬਾਬਾ ਜੀ ਨੂੰ ਕਾਲ ਕੀਤੀ, ਇਹਨਾਂ ਨੂੰ ਅਸੀਂ ਆਖਿਆ ਇਹਨਾਂ ਨੂੰ ਸਾਫ਼ ਕਰ ਦੇਣਾ ਸਾਡਾ। ਅਸੀਂ ਇਹਨੇ 2 ਨੰਬਰੀ ਦੇ ਵਿਆਹ ਬੰਦ ਕੀਤੇ ਜਾਣ, 2 ਨੰਬਰੀ ਦੇ ਵਿਆਹ ਨਹੀਂ ਹੋਣੇ ਚਾਹੀਦੇ। ਪੈਸੇ ਲੈ ਕੇ ਬਾਬਾ ਵਿਆਹ ਕਰੀ ਜਾਂਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਡਿਆ ਅੰਦਰ ਰੱਖ ਕੇ। ਲਾਗੇ ਬਾਥਰੂਮ ਬਣਾਇਆ, ਲਾਗੇ ਗੁਰੂ ਗ੍ਰੰਥ ਸਾਹਿਬ ਰੱਖਿਆ, ਬੇਅਦਬੀ ਕਰਨ ਡਿਆ ਏ। 2 ਨੰਬਰੀ ਦੇ ਵਿਆਹ ਲੋਕਾਂ ਦੇ ਧੀਆਂ ਨੂੰ, ਜਵਾਨਾਂ ਨੂੰ 2 ਨੰਬਰੀ ਦੇ ਵਿਆਹ ਕਰਕੇ ਤੇ ਇੱਥੋਂ ਕੱਲੀ ਜਾ ਕੇ। ਮਾਮਲਾ ਇਹ ਜੀ, ਅੱਜ ਸਾਨੂੰ ਨਾ ਕੰਪਲੇਂਟ ਮਿਲੀ ਸੀ, ਬਾਬਾ ਬਲਵੀਰ ਸਿੰਘ ਨੇ ਕੰਪਲੇਂਟ ਦਿੱਤੀ ਸੀ ਵੀ ਇੱਥੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਆ, ਪ੍ਰਕਾਸ਼ ਕੀਤਾ ਹੋਇਆ, ਅਤੇ ਲੜਕੀਆਂ ਦੇ ਵਿਆਹ ਕਰਦੇ ਆ। ਉਸ ਸੰਬੰਧੀ ਅਸੀਂ ਆਏ ਹਾਂ, ਮੌਕਾ ਦੇਖਿਆ ਜੀ, ਮੁੰਡਾ ਕਲਾਇਆ ਆਪ ਤੋਂ ਹੋਏ ਨਹੀਂ, ਮਹਿਤਾਬ ਸਿੰਘ ਜੀ ਉਹਨੇ ਅਫਸਰਾਂ ਦੇ ਨੋਟਿਸ ਲਿਆਂਦਾ, ਆਪਾਂ ਅਫਸਰ ਆ ਰਹੇ ਨੇ ਸਾਡੇ ਕੋਲ, ਕੁਛ ਨਹੀਂ, ਉਹ ਰਜਿਸਟਰ ਮਿਲਿਆ ਜਿਹਨਾਂ ਦਾ ਇੱਕੋ ਹੀ, ਜਿਹਨਾਂ ਦੇ ਕੋਈ ਐਂਟਰੀ ਕੀਤੀ ਹੋਈ ਇਹਨਾਂ ਨੇ। ਤਸਦੀਕ ਕਰਦੇ ਜੀ, ਅਫਸਰਾਂ ਨੂੰ ਦੱਸਤਾ ਗੁਰੂ ਗ੍ਰੰਥ ਸਾਹਿਬ ਬਾਬਾ ਬਲਵੀਰ ਸਿੰਘ ਨਾ ਮੇਰੇ ਕੋਲ ਆਏ ਆ, ਮੇਰੇ ਕੋਲ ਫਿਰ ਕੰਪਲੇਂਟ ਆਈ ਆ, ਕੰਪਲੇਂਟ ਕਰਕੇ ਮੈਂ ਅੰਦਰ ਦੇ ਹਾਲਾਤ ਦੇਖ ਕੇ ਕੀ ਲੱਗਦਾ ਕਿ ਜਿਵੇਂ ਮਹਾਰਾਜ ਸਰੂਪ ਦਾ ਆਸਣ ਜਿੱਥੇ ਹੋਣਾ ਚਾਹੀਦਾ ਉਸ ਉਵੇਂ ਦੀ ਜਗ੍ਹਾ ਨਹੀਂ ਬਣਾਈ ਗਈ, ਲਾਗੇ ਫਲੱਸ਼ ਹੈ, ਲਾਗੇ ਦੇਖੋ ਜੀ ਗਲੀ ਵਾਲਿਆਂ ਨੂੰ ਵੀ ਚਾਹੀਦਾ ਸੀ, ਬੇਸ ਤਾਂ ਨਹੀਂ ਲੱਗਣ ਦੇਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ, ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ, ਪਰ ਗਲੀ ਮੁਹੱਲੇ ਵਾਲਿਆਂ ਨੂੰ ਵੀ ਕੰਪਲੇਂਟ ਕਰ ਦੇਣੀ ਚਾਹੀਦੀ ਵੀ ਇੱਥੇ ਕੋਈ ਬੰਦਾ ਰਹਿ ਕੇ ਪ੍ਰਕਾਸ਼ ਕਰਕੇ ਕੰਮ ਕਰ ਰਿਹਾ, ਯਾਨੀ ਕਿ ਗਲਤ ਹੋ ਰਿਹਾ ਸੀ, ਗਲਤ ਹੋ ਰਿਹਾ। ਹਾਂਜੀ, ਪਰ ਇਹ ਜਦੋਂ ਅਸੀਂ ਆਏ ਹਾਂ ਮੌਕਾ ਕੀ ਦੇਖਿਆ, ਪੈਟਰੋਲ ਹੇਠ ਹੈ, ਪਰ ਇਹ ਜੋ ਇਹਨਾਂ ਨੇ ਕੀਤਾ ਹੋਇਆ ਗਲੀ ਦੇ ਵਿੱਚ ਉਹ ਮਾੜੀ ਗੱਲ।